ਮੈਂ ਹਾਂ ਵਿਜੇਪਾਲ ਸਿੰਘ ਤੇਜੀ ਅਤੇ ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ, ਆਵਾਜ਼ ਪੰਜਾਬ ਦੀ। ਟੌਮ ਮੀਡੀਆ ਐਸੋਸੀਏਸ਼ਨ ਰਜਿਸਟਰ ਪੰਜਾਬ ਵੱਲੋਂ ਜਲੰਧਰ ਦੇ ਨਕੋਦਰ ਚੌਂਕ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਜਲੰਧਰ ਦੇ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ SHO ਭਾਰਗੋ ਕੈਂਪ ਅਜੈਬ ਸਿੰਘ ਵੀ ਹਾਜ਼ਰ ਹੋਏ ਅਤੇ ਉਹਨਾਂ ਪੱਤਰਕਾਰਾਂ ਅਤੇ ਪ੍ਰਸ਼ਾਸਨ ਦੇ ਆਪਸ ਵਿੱਚ ਮਿਲਣ ਵਰਤਣ ਅਤੇ ਸਮਾਜ ਦੀ ਸੇਵਾ ਕਰਨ ਲਈ ਵੀ ਅਪੀਲ ਕੀਤੀ। ਸਾਰੇ ਪੱਤਰਕਾਰ ਆਪਣੇ ਟੀਨੂ ਸਾਹਿਬ, ਰਾਜਾ ਸਾਹਿਬ, ਮੈਂ ਜ਼ਿਆਦਾ ਤੁਹਾਡੇ ਨਾਮ ਤੋਂ ਹਰੇ ਭੇਜੇ ਨਹੀਂ, ਤੁਸੀਂ ਇੱਥੇ ਮੈਨੂੰ ਬੁਲਾਇਆ, ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ। ਜੋ ਵੀ ਤੁਸੀਂ ਮਾਨਸਿਕਤਾ ਦਿੱਤਾ, ਮੈਨੂੰ ਬਹੁਤ ਵਧੀਆ ਲੱਗਾ, ਇਹਦਾ ਮੈਂ ਤੁਹਾਡਾ ਰੋਹੀ ਹਾਂ। ਮੈਂ ਤੁਹਾਨੂੰ ਇੱਕ ਇਹ ਚੀਜ਼ ਜ਼ਰੂਰ ਦੱਸਣੀ ਚਾਹੁੰਦਾ, ਜਿੱਦਾਂ ਇਹਨਾਂ ਨੇ ਵੀ ਦੱਸਿਆ ਵੀ ਜੋ ਵੀ ਖਬਰ ਹੈ ਨਾ ਉਹ ਹਮੇਸ਼ਾ ਸੱਚੀ ਖਬਰ ਤੋਂ ਜ਼ਰੂਰ ਦਿਆ, ਜਿੰਨਾ ਵੀ ਵੱਧ ਤੋਂ ਵੱਧ ਆਪਾਂ ਪਬਲਿਕ ਦੇ ਵਿੱਚ ਵੜ ਕੇ ਨਾ ਮਿਲਦੇ ਆ, ਮਿਲ ਕੇ ਤਾਂ ਉਹ ਖਬਰ ਸੱਚੀ ਲਾਉਂਦੇ ਨਾ, ਉਹਨਾਂ ਆਟੋਮੈਟਿਕਲੀ ਆਪਣੇ ਹੌਲੀ ਹੌਲੀ ਕੰਮ ਕਰੋਗੇ ਨਾ, ਕੰਮ ਕਰਨ ਦੇ ਨਾਲ ਤੁਹਾਡਾ ਨਾਮ ਬਣ ਜਾਏਗਾ। ਦੂਸਰੀ ਗੱਲ ਇਹ ਆ ਵੀ ਆ ਜਿਹੜੇ ਨਾ ਤੁਸੀਂ ਕਾਰਡ ਦੀ ਗੱਲ ਕਰਦੇ, ਕਾਰਡ ਮੰਗਦੇ ਆ, ਕੋਈ ਵੀ ਡਿਪਾਰਟਮੈਂਟ ਜਾਂਦੇ ਤੁਹਾਨੂੰ ਕਹਿੰਦੇ ਤੁਸੀਂ ਪਹਿਲਾਂ ਕਾਰਡ ਦਿਖਾਓ, ਜਦੋਂ ਵੀ ਕੋਈ ਬੰਦਾ ਸ਼ੱਕੀ ਦੇਖਦਾ ਨਾ, ਕਈ ਵਾਰ ਦੇਖਦੇ ਆਪਾਂ ਕਿ ਬਹੁਤ ਲੋਕਾਂ ਨੇ ਤੁਹਾਡੇ ਕਾਰਡ ਬਣੇ ਹੋਏ ਆ, ਮੈਂ ਇਹਨਾਂ ਨੂੰ ਰਾਜਾ ਸਾਹਿਬ ਨਾਲ ਇਹੀ ਗੱਲ ਕਰਦਾ, ਮੈਂ ਕਿ ਤੁਸੀਂ ਇੰਨਾ ਕੁ ਸੰਕੋਚ ਕਰਿਓ ਕਿ ਜਿਹੜਾ ਕੋਈ ਵੀ ਅਨਨੋਨ ਬੰਦਾ ਆਪਣੇ ਫਾਇਦੇ ਵਾਸਤੇ ਕਾਰਡ ਬਣਾਉਂਦਾ, ਕਾਰਡ ਨਾ ਬਣਾਓ। ਜਦੋਂ ਕਾਰਡ ਤੁਸੀਂ ਉਹ ਬਣਾ ਕੇ ਦੇ ਦਿੰਦੇ ਆ ਨਾ, ਉਹ ਬੰਦਾ ਨਜਾਇਜ਼ ਕੰਮ ਕਰਦਾ ਹੈ। ਜਿਹੜੇ ਤੁਹਾਡੇ ਕਾਰਡ ਬਣੇ ਹੋਏ ਆ, ਤੁਸੀਂ ਤੁਹਾਨੂੰ ਤੁਹਾਡੀ ਆਪਣੇ ਆਪ ਹੀ ਪੁੱਛਿਆ, ਜਦੋਂ ਤੁਸੀਂ ਸੱਚੀਆਂ ਖਬਰਾਂ ਲਾਉਣ ਲੱਗ ਪਏ ਨਾ, ਤੁਹਾਡਾ ਨਾਮ ਬਣ ਜਾਣਾ ਉਹਦੇ 'ਚ, ਤੁਹਾਡੇ ਤੋਂ ਕੋਈ ਵੀ ਕਾਰਡ ਨਹੀਂ ਮੰਗੂਗਾ। ਮੇਰਾ ਖਿਆਲ ਹੈ ਜਿੰਨੇ ਸਾਰੇ ਸਪੀਚ ਕੀਤੀ ਆ ਸਾਰੇ ਬੰਦਿਆਂ ਨੇ, ਇਹਨਾਂ ਤੋਂ ਕਿਸੇ ਨੇ ਵੀ ਕਾਰਡ ਨਹੀਂ ਮੰਗਿਆ, ਉਹ ਕਾਰਡ ਉਦੋਂ ਹੀ ਮੰਗਦਾ ਕੋਈ ਵੀ ਪ੍ਰਸ਼ਾਸਨ ਦਾ, ਕੋਈ ਵੀ ਡਿਪਾਰਟਮੈਂਟ ਆ, ਉਦੋਂ ਜਦੋਂ ਉਹਤੇ ਥੋੜ੍ਹੀ ਜਿਹੀ ਛੱਪ ਹੁੰਦੀ ਆ। ਠੀਕ ਹੈ ਨਾ, ਬਾਕੀ ਇਹ ਜਿਹੜਾ ਤੁਹਾਡਾ ਆਪਣੇ ਟੌਪ ਮੀਡੀਆ, ਮੈਂ ਤਾਂ ਇਹੀ ਦੁਆ ਕਰਦਾ ਕਿ ਬੁਲੰਦੀਆਂ ਲੈਵਲ 'ਤੇ, ਇੰਡੀਆ ਲੈਵਲ 'ਤੇ ਪਹੁੰਚੇ, ਅਤੇ ਹੋਰ ਸਾਡੇ ਲਈ ਕੋਈ ਵੀ ਸੇਵਾ ਹੋਵੇ, ਤੁਸੀਂ ਰਾਤ ਨੂੰ 12 ਵਜੇ ਮੈਨੂੰ ਫੋਨ ਕਰੂੰਗਾ ਨਾ ਕਰੋਗੇ, ਮੈਂ ਤੁਹਾਨੂੰ ਜਿੱਥੇ ਤੁਸੀਂ ਕਹੋਗੇ ਉੱਥੇ ਮੈਂ ਪਹੁੰਚਣ ਨੂੰ ਤਿਆਰ ਹਾਂ, ਤੁਹਾਡੇ ਨਾਲ ਪੂਰੇ ਪੂਰਾ ਹੀ। ਦੂਸਰੀ ਗੱਲ, ਤੁਸੀਂ ਵੀ ਜਿਸ ਤਰ੍ਹਾਂ ਆਪਾਂ ਇੱਕ ਆਪਣੇ ਨੇ ਇਹਨਾਂ ਨੂੰ ਕਿਹਾ ਜੀ ਵੀ ਮਿਲ ਕੇ ਚੱਲਣ ਵਾਲੀ ਗੱਲ ਹੈ ਨਾ, ਜਿਹੜੀ ਤੁਹਾਡੇ ਕੋਲ ਵੀ ਮਾੜੀ ਚੰਗੀ ਖਬਰ ਹੈ ਤੁਸੀਂ ਵੀ ਸਾਡੇ ਤੱਕ ਜ਼ਰੂਰ ਪਹੁੰਚਾਓ, ਜਿਹੜਾ ਕਿ ਆਪਾਂ ਇਹ ਸਮਾਜ ਦੇ ਵਿੱਚ ਗੰਦੇ ਅਨਸਰ ਹੈ ਨਾ ਉਹਨਾਂ ਨੂੰ ਨੱਤ ਪਾਈਏ। ਜਦੋਂ ਆਪਾਂ ਇੱਥੇ ਤੱਕ ਪਹੁੰਚ ਜਾਂਗੇ ਨਾ, ਆਪਣਾ ਜਿਹੜਾ ਕੀ ਕਹਿੰਦੇ 9 ਮਾਸ ਦਾ ਰਿਸ਼ਤਾ ਨਾ ਬਣ ਗਿਆ ਨਾ, ਅਤੇ ਉਦੋਂ ਇਹ ਜਿਹੜੇ ਮਾੜੇ ਅਨਸਰ ਆ ਨਾ ਇਹ ਆਪਣੇ ਅੱਗੇ ਨਹੀਂ ਖੜ ਸਕਦੇ। ਬਾਕੀ ਤੁਸੀਂ ਸਾਰੇ ਸਿਆਣੇ ਹੋ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ। ਇਸ ਮੌਕੇ ਡਿਪਟੀ ਮੇਅਰ ਸਿਮਰਜੀਤ ਸਿੰਘ ਬੰਟੀ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਉਹਨਾਂ ਦੇ ਨਵੇਂ ਦਫ਼ਤਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਪੱਤਰਕਾਰ ਭਾਈਚਾਰੇ ਦਾ ਫਰਜ਼ ਹੈ ਕਿ ਇੱਕ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਂਦੇ ਹੋਏ ਸਮਾਜ ਅਤੇ ਪ੍ਰਸ਼ਾਸਨ ਅੱਗੇ ਆਪਣੀਆਂ ਸਹੀ ਪ੍ਰਤੀਬਿੰਬਾਂ ਨੂੰ ਰੱਖੇ, ਤਾਂ ਕਿ ਜੋ ਹਰੇਕ ਨੂੰ ਪ੍ਰੈਸ ਦੀ ਤਾਕਤ ਦਾ ਅੰਦਾਜ਼ ਹੋ ਸਕੇ। ਪ੍ਰਸ਼ਾਸਨ ਹਰੇਕ ਸਮਾਜ ਦੀਆਂ ਸਮੱਸਿਆਵਾਂ 'ਤੇ ਪੂਰਾ ਉਤਰੇਗੀ। ਬੜੇ ਹੀ ਸਤਿਕਾਰਯੋਗ ਸਕੋਪ ਇੰਡੀਆ ਨਿਊਜ਼ ਦੇ ਚੇਅਰਮੈਨ ਸਾਹਿਬ ਰਜਿੰਦਰ ਰੇਖੀ ਜੀ, ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਪਵਨ ਟੀਨੂ ਜੀ ਔਰ ਵਾਈਸ ਪ੍ਰਧਾਨ ਜਿਹੜੇ ਮੈਨੂੰ ਪਤਾ ਲੱਗੇ ਉਹਨਾਂ ਨੇ, ਮੇਰਾ ਵੀਰ ਜੱਸੀ ਤਲਨ ਜੀ ਔਰ ਸਾਰੇ ਸਮੂਹ ਸਦੱਸੇਗਣ। ਪਹਿਲਾਂ ਤਾਂ ਮੈਂ ਤੁਹਾਡੇ ਕੋਲ ਮਾਫ਼ੀ ਮੰਗਦਾ ਕਿ ਮੈਂ ਲੇਟ ਹੋ ਗਿਆ, ਇੱਕ ਸੰਸਕਾਰ ਸੀ ਬਹੁਤ ਜ਼ਰੂਰੀ ਮੇਰੇ ਇਲਾਕੇ ਦਾ, ਉੱਥੇ ਮੈਨੂੰ ਜਾਣਾ ਪਿਆ ਅਤੇ 1.5 ਘੰਟੇ ਲੱਗ ਗਏ। ਬੜੀ ਅੱਛੀ ਗੱਲ ਹੈ ਭਾਅ ਜੀ ਕਿ ਦੇਖੋ ਇਹ ਸਾਰੀ ਯੂਥ ਸਾਹਮਣੇ ਬੈਠੀ ਹੈ, ਮੇਰੇ ਭਰਾ ਵੀ ਬੈਠੇ ਵਿੱਚ ਜਿਹਨਾਂ ਨੂੰ ਮੈਂ ਬੜਾ 20-20 ਸਾਲ ਤੋਂ ਜਾਣਦਾ। ਇੱਕ ਮੀਡੀਆ ਦੇ ਰਾਹੀਂ ਅਸੀਂ ਉਹ ਜਸਟਿਸ ਲੈ ਸਕਦੇ ਹਾਂ ਜੋ ਕਿਸੇ ਐਡਮਿਨਿਸਟ੍ਰੇਸ਼ਨ ਤੋਂ ਨਹੀਂ ਮਿਲ ਸਕਦੀ, ਕਿਸੇ ਜੁਡੀਸ਼ੀਅਲ ਸਿਸਟਮ ਤੋਂ ਨਹੀਂ ਮਿਲ ਸਕਦੀ। ਤਾਂ ਮੈਂ ਤਾਂ ਇਹਨਾਂ ਨਾਲ ਤਨ ਮਨ ਧਨ ਦੇ ਨਾਲ ਖੜ੍ਹਾਂ, ਹਰ ਟਾਈਮ ਜਦੋਂ ਮੈਨੂੰ ਯਾਦ ਕਰਨਗੇ, ਮੇਰਾ ਛੋਟਾ ਵੀਰ ਦੀਪਕ
ਜਿਹਨੇ ਮੈਨੂੰ ਆ ਕੇ ਸੱਦਾ ਦਿੱਤਾ, ਭਾਈ ਸਾਹਿਬ ਨਾਲ ਸੀ, ਮੈਨੂੰ ਕਹਿੰਦੇ ਵੀ ਅਸੀਂ ਇਹ ਸਟਾਰਟ ਕਰ ਰਹੇ ਹਾਂ। ਭਾਅ ਜੀ ਤੁਸੀਂ ਰਈਏ ਤੋਂ ਬਿਲੋਂਗ ਕਰਦੇ ਹੋ, ਤੁਸੀਂ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ, ਡੇਰਾ ਬਾਬਾ ਨਾਨਕ 'ਚ ਮੇਰੇ ਇਨਲੋਜ਼ ਨੇ, ਮੈਂ ਉੱਥੇ ਰਿਹਾ 20 ਸਾਲ, ਔਰ ਮੇਰੇ ਜਿਹੜੇ ਵੱਡੇ ਸਾਲਾ ਸਾਹਿਬ ਨੇ ਉਹ ਡੀ ਜੀ ਨੇ ਹੁਣ ਰਾਅ ਦੇ ਮਿਸਟਰ ਸੁਮੰਤ ਗੋਇਲ, ਉਹਨੇ ਡਾਇਰੈਕਟਰ ਜਨਰਲ ਆਏ ਨੇ, ਮੇਰੇ ਰੈਲੇਟਿਵ ਨੇ। ਤੋ ਮੈਂ ਇਸ ਪਰਿਵਾਰਾਂ 'ਚ ਰਿਹਾ, ਮੈਨੂੰ ਪਤਾ ਵੀ ਕੀ ਐਡਮਿਨਿਸਟ੍ਰੇਸ਼ਨ ਦੀ ਬੈਠ ਹੈ, ਕੀ ਜੁਡੀਸ਼ੀਅਲ ਦੀ ਬੈਠ ਹੈ, ਕੀ ਰਾਜਨੀਤੀ ਬੈਠ ਹੈ। ਬੜੀ ਅੱਛੀ ਗੱਲ ਤੁਹਾਡੀ ਕਿ ਤੁਸੀਂ ਇਸ ਐਸੋਸੀਏਸ਼ਨ 'ਚ ਸਾਰੇ ਸੋਸ਼ਲਸ ਜਿੰਨੀਆਂ ਸੁਸਾਇਟੀਜ਼ ਉਹਨਾਂ ਨੂੰ ਕਵਰ ਕੀਤਾ, ਡਾਕਟਰ ਲਏ ਨੇ। ਔਰ ਮੈਂ ਇੱਕ ਚੀਜ਼ ਤੁਹਾਨੂੰ ਇਹ ਕਹਿਣਾ ਚਾਹੁੰਦਾ ਭਾਈ ਸਾਹਿਬ, ਕਿ ਮੀਡੀਆ ਜਿਹੜੀ ਹੈ ਨਾ, ਇਹ ਬਹੁਤ ਵੱਡੀ ਚੀਜ਼ ਆ, ਔਰ ਇਹ ਤਾਂ ਕੰਟਰੀਆਂ ਪਲਟ ਦਿੰਦੀ ਆ। ਪਰ ਮੈਂ ਇਸ ਮੀਡੀਆ ਦੇ ਰਾਹੀਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਕਿ ਆਪਾਂ ਇੱਕ ਨਾ ਸੱਚ ਦਾ ਸਾਥ ਕਰਕੇ ਇਹਨੂੰ ਅੱਗੇ ਲੈ ਕੇ ਜਾਈਏ। ਔਰ ਮੈਂ ਤੁਹਾਡੇ ਨਾਲ ਹਰ ਟਾਈਮ ਹਰ ਸਮੇਂ ਦੇ ਖੜਾ, ਜਿੱਥੇ ਕਹੋਗੇ ਪੰਜਾਬ ਦੇ ਵਿੱਚ। ਔਰ ਸੈਕਿੰਡ, ਜੱਸੀ ਭਾਅ ਮੇਰਾ ਬਹੁਤ ਕੰਮ ਕਰਦਾ, ਮੈਨੂੰ ਕਈ ਵਾਰੀ ਡੀ ਜੀ ਆਫਿਸ ਵੀ ਮਿਲੇ ਨੇ, ਡੀ ਜੀ ਸਾਹਿਬ ਨੂੰ ਵੀ ਮਿਲਦੇ ਰਹੇ, ਮੈਂ ਵੀ ਮਿਲਦਾ ਰਿਹਾ, ਬੜੀ ਉੱਥੇ ਮੇਲ ਹੋਇਆ ਸਾਡਾ ਇਹਨਾਂ ਦਾ। ਔਰ ਮੈਂ ਦੇਖਿਆ ਕਿ ਹਰ ਟਾਈਮ ਕਿਸੇ ਨਾ ਕਿਸੇ ਗਰੀਬ ਦੀ ਇਹ ਲੈ ਕੇ ਉੱਥੇ ਪਹੁੰਚਦੇ, ਆਪਣੇ ਕੰਮ ਨਹੀਂ ਕਦੀ ਆਏ ਉੱਥੇ, ਕੋਈ ਨਾ ਕੋਈ ਗਰੀਬ ਦਾ ਮਸਲਾ ਲੈ ਕੇ ਪਹੁੰਚੇ ਹੁੰਦੇ ਨੇ। ਅਤੇ ਮੈਂ ਤੁਹਾਨੂੰ ਬਹੁਤ ਸਵਾਗਤ ਕਰਦਾ ਤੁਹਾਡੀ ਇਸ ਟੀਮ ਦਾ। ਅੱਜ ਤੁਸੀਂ ਸਾਡੇ ਜਲੰਧਰ ਸ਼ਹਿਰ ਨੂੰ ਮਾਣ ਬਖਸ਼ਿਆ ਕਿ ਤੁਸੀਂ ਇਹ ਚੈਨਲ ਲੈ ਕੇ ਆਏ ਹੋ, ਤੁਹਾਡਾ ਜੀ ਆਇਆਂ ਨੂੰ ਅਤੇ ਜਲੰਧਰ ਸ਼ਹਿਰ 'ਚ ਆਏ ਹੋ, ਬਾਹਰੋਂ ਵੀ ਆਏ ਹੋ, ਮੇਰੀ ਜਿੱਥੇ ਡਿਊਟੀ ਲਾਓਗੀ ਮੈਂ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ। ਇਸ ਮੌਕੇ ਟੌਪ ਮੀਡੀਆ ਦੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਵੀ ਰੱਖੇ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਪ੍ਰਸ਼ਾਸਨ ਨੂੰ ਜਾਣੂ ਕਰਾਇਆ। ਬੋਲਣ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਦਾ ਬੜਾ ਧੰਨਵਾਦ ਕਰਦਾ ਅਤੇ ਚੇਅਰਮੈਨ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਅੱਜ ਸਾਰੇ ਸਾਥੀਆਂ ਨੂੰ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਕੱਠੇ ਵੀ ਕੀਤਾ। ਅਤੇ ਕੋਈ ਵੀ ਜਿਹੜਾ ਸਾਡੀ ਟੀਮ ਦਾ ਜਿਹੜਾ ਮੈਂਬਰ ਹੈ ਟੌਪ ਮੀਡੀਆ ਐਸੋਸੀਏਸ਼ਨ ਦਾ, ਕਿਸੇ ਨੇ ਵੀ, ਮੈਂ ਅੱਜ ਤੱਕ ਗਰੁੱਪ ਦੇ ਵਿੱਚ ਜੋ ਚੱਲਦੀ ਹੈ ਡਿਬੇਟ, ਜਿੱਦਾਂ ਆਪਾਂ ਸਾਰੇ ਗਰੁੱਪ ਬਣੇ ਟੌਪ ਮੀਡੀਆ ਐਸੋਸੀਏਸ਼ਨ ਦੇ, ਕਿਸੇ ਨੇ ਵੀ ਇਹਨਾਂ ਦੇ ਖਿਲਾਫ਼ ਜਿਹੜਾ ਹੈ ਜਾਂ ਕਿੰਤੂ ਪ੍ਰਾਤੂ ਨਹੀਂ ਕੀਤਾ, ਕਿਉਂਕਿ ਇਹਨਾਂ ਪਤਾ ਚੱਲਦਾ ਹੈ ਵੀ ਸਾਡੇ ਜੇ ਮੁੱਢ ਜਿਹੜਾ ਪ੍ਰਧਾਨ ਅਤੇ ਚੇਅਰਮੈਨ ਸਾਹਿਬ ਜੇ ਉਹ ਵਧੀਆ ਹੋਣ ਤਾਂ ਸਾਰੀ ਟੀਮ ਜਿਹੜੀ ਆ ਉਹ ਆਪਣੇ ਆਪ ਹੀ ਜਿਹੜੀ ਆ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਜਿਹੜੀ ਚੱਲਦੀ ਹੈ। ਸੋ ਆਪਾਂ ਚਾਹੁੰਦੇ ਹਾਂ ਵੀ ਜਿੰਨੇ ਸਾਡੇ ਸਾਥੀ ਬੈਠੇ ਹਨ ਪੂਰੇ ਪੰਜਾਬ ਦੇ ਵਿੱਚ, ਇੱਕ ਟੌਪ ਮੀਡੀਆ ਐਸੋਸੀਏਸ਼ਨ ਇੰਨੇ ਵਧੀਆ ਕੰਮ ਕਰੇ ਅਤੇ ਪੰਜਾਬ ਦੇ ਵਿੱਚ ਪੂਰੇ ਸਾਥੀ ਜਿਹੜੇ ਹੋਰ ਵੀ ਪੱਤਰਕਾਰ ਐਸੋਸੀਏਸ਼ਨ ਦੇ ਮੈਂਬਰ ਹਨ ਉਹ ਸਾਰੇ ਕਹਿਣ ਵੀ ਅਸੀਂ ਇਹਨਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ। ਸੋ ਇੱਦਾਂ ਦੀ ਮਜ਼ਬੂਤੀ ਆਪਾਂ ਬਣਾਈਏ ਆਪਣੀ ਟੌਪ ਮੀਡੀਆ ਐਸੋਸੀਏਸ਼ਨ ਦੀ, ਜੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਰੀ ਜਿਹੜੀ ਪੋਸਟ ਵਾਇਰਲ ਹੋ ਜਾਂਦੀ ਆ ਸਾਰੇ ਲੋਕ ਉਹਨੂੰ ਹੀ ਜਿਹੜਾ ਆ ਉਹ ਸੱਚ ਮੰਨਦੇ ਆ। ਇਸ ਕਰਕੇ ਸੋਸ਼ਲ ਮੀਡੀਆ 'ਤੇ ਵੀ ਆਪਾਂ ਵੱਧ ਤੋਂ ਵੱਧ ਸਾਥੀਆਂ ਨੂੰ ਜਿਹੜਾ ਅਵੇਅਰ ਰਹਿਣਾ, ਫੇਸਬੁੱਕਾਂ 'ਤੇ, ਟਵਿੱਟਰ 'ਤੇ, ਇੰਸਟਾਗ੍ਰਾਮ 'ਤੇ। ਸੋ ਇਹ ਸੋਸ਼ਲ ਮੀਡੀਆ ਜਿਹੜਾ ਸਾਨੂੰ ਜੋੜਨ ਦਾ ਸਭ ਤੋਂ ਵੱਡਾ ਜਿਹੜਾ ਸਾਧਨ ਹੈ। ਸੋ ਮੈਂ ਸਾਰੀ ਟੀਮ ਨੂੰ, ਦਫ਼ਤਰ ਖੋਲ੍ਹਣ ਦੇ ਸਾਰਿਆਂ ਨੂੰ ਮੁਬਾਰਕਾਂ ਦਿੰਦਾ। ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਆ ਕਿ ਸਾਡਾ ਜਿਹੜਾ ਟੌਪ ਮੀਡੀਆ ਐਸੋਸੀਏਸ਼ਨ ਜਿਹੜੀ 3 ਸਾਲ ਪਹਿਲਾਂ ਅਸੀਂ ਚਾਲੂ ਕੀਤੀ ਸੀ, ਅੱਜ ਉਹ ਉਡਾਨ ਭਰ ਰਹੀ ਆ। ਔਰ ਜਲੰਧਰ ਦਾ ਜਿਹੜਾ ਯੂਨਿਟ ਆ ਉਹਨਾਂ ਦਾ ਇੱਕ ਆਪਣਾ ਜਿਹੜਾ ਨਵਾਂ ਦਫ਼ਤਰ ਆ ਉਹਦਾ ਅੱਜ ਅਸੀਂ ਇਹਦੇ ਹੈੱਡਕੁਆਰਟਰ ਕਰਕੇ ਪਹੁੰਚੇ ਹਾਂ। ਇੱਕ ਵਾਰ ਜ਼ੋਰਦਾਰ ਤਾੜੀਆਂ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਵੱਖ ਵੱਖ ਸਟੇਸ਼ਨਾਂ ਤੋਂ ਵੱਖ ਵੱਖ ਥਾਵਾਂ ਤੋਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਜਲੰਧਰ ਦੇ ਨਵੇਂ ਆਫਿਸ ਦੇ ਵਿੱਚ ਉਦਘਾਟਨ ਕਰਨ ਲਈ ਉਹਨਾਂ ਨੇ ਆਪਣਾ ਜੋ ਟਾਈਮ ਕੱਢਿਆ, ਪਹਿਲਾਂ ਤਾਂ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ, ਧੰਨਵਾਦ ਕਰਦਾ ਉਹਨਾਂ ਸਾਰੀ ਟੀਮ ਦਾ। ਅਤੇ ਉਹਨਾਂ ਟੀਮ ਲਈ ਇੱਕ ਵਾਰੀ ਸਾਰੇ ਜਣੇ ਜ਼ੋਰ ਨਾਲ ਤਾੜੀਆਂ ਲਾ ਦਿਓ, ਜਦ ਪਤਾ ਲੱਗੇ ਵੀ ਅਸੀਂ ਜਲੰਧਰ ਦੇ ਵਿੱਚ ਵੱਖ ਵੱਖ ਥਾਵਾਂ ਤੋਂ ਆਏ ਹਾਂ। ਇਸ ਮੌਕੇ ਚੇਅਰਮੈਨ ਰਜਿੰਦਰ ਰਿਖੀ, ਪ੍ਰਧਾਨ ਪਵਨ ਟੀਨੂ, ਪੂਰਨ ਸਿੰਘ ਚੀਮਾ ਸੈਕਟਰੀ, ਸਰਵਣ ਰਾਜਾ, ਜੱਸੀ ਤੱਲਣ, IAS ਬੱਗਾ, ਦੀਪਕ ਜਲੰਧਰ, ਕੁਲਭੂਸ਼ਣ ਅਰੋੜਾ, ਜਿੰਦਰ ਮਹੇ, ਜਤਿੰਦਰ ਗਾਬਾ, ਸੁਰਿੰਦਰ ਸਿੰਘ ਜੀ, ਸੁਰਿੰਦਰ ਵਰਮਾ, ਟੌਪ ਮੀਡੀਆ ਵੱਲੋਂ ਇੱਕ ਨਵੀਂ ਵਾਢੀ ਦਾ ਵੀ ਸੰਗਠਨ ਕਰਕੇ
ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਟੌਪ ਮੀਡੀਆ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜਲੰਧਰ ਤੋਂ ਕਿਰਨਦੀਪ ਸਿੰਘ ਤੇਜੀ ਦੀ ਰਿਪੋਰਟ।